ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀਆਂ ਜੀ ਜਿਹੜੀ ਪਿਛਲੇ ਦਿਨੀ ਆਪਣੀ ਕਣਕ ਮੀਂਹ ਤੇ ਨੇਰੀ ਨਾਲ ਡਿੱਗ ਪਈ ਸੀ ਕਾਫੀ ਨੁਕਸਾਨ ਕਿਸਾਨਾਂ ਦਾ ਹੋਇਆ ਤੇ ਕਈਆਂ ਜਗ੍ਹਾ ਤੇ ਜਿਹੜਾ ਗੜੇ ਵੀ ਪਏ ਆ ਸੋ ਜਿਸ ਦੇ ਨਾਲ ਕਾਫੀ ਨੁਕਸਾਨ ਜਿਹੜਾ ਕਿਸਾਨਾਂ ਦਾ ਹੋਇਆ ਵਾ ਕਣਕਾਂ ਜਿੱਥੇ ਗੜੇ ਮਾਰੀ ਹੋਈ ਆ ਜਿੱਥੇ ਜਾਦੀ ਮੀਂਹ ਪਿਆ ਵਾ ਉਥੇ ਮਤਲਬ ਜ਼ਿਆਦਾ ਨੁਕਸਾਨ ਜਿਹੜਾ ਕਣਕਾਂ ਦਾ ਹੋਇਆ ਤੇ ਜਿਹੜੀਆਂ ਕਣਕਾਂ ਤੁਹਾਨੂੰ ਪਿਛੇ ਆਪਾਂ ਵੀਡੀਓ ਇੱਕ ਬਣਾਈ ਸੀ ਵੀ ਜਿਹੜੀਆਂ ਕਣਕਾਂ ਚ ਹਜੇ ਦੁੱਧਾ ਨਹੀਂ ਸੀ ਭਰਿਆ ਬਿਲਕੁਲ ਹਰੀਆਂ ਸੀ ਅਜੇ ਭਰਨਾ ਸ਼ੁਰੂ ਹੋਇਆ ਸੀਗਾ ਉਹ ਕਣਕਾਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਊਗਾ ਉਹ ਆ ਤੁਹਾਡੇ ਸਾਹਮਣੇ ਕਣਕ ਵਾਏ ਦੀ ਆਪਾਂ ਵੀਡੀਓ ਬਣਾ ਕੇ ਪਾਈ ਸੀ ਤੇ ਹੁਣ ਜਿਹੜੀ ਇਹ ਕਣਕ ਆ 50% ਜਿਹੜੀ ਕਣਕ ਤਾਂ ਉਹ ਸਿੱਧੀ ਹੋ ਗਈ ਆ ਤੇ ਥੋੜੇ 14 ਤੋਂ 15 ਦਿਨਾਂ ਤੱਕ ਇਹਨੇ ਬਿਲਕੁਲ ਜਿਹੜੇ ਗੋਡਾ ਲਾ ਕੇ ਸਿੱਧੀ ਹੋ ਜਾਣਾ ਸੋ ਜਿਹੜੀਆਂ ਕਣਕਾਂ ਚ ਦੁੱਧਾ ਭਰ ਗਿਆ ਸੀਗਾ ਉਹਨਾਂ ਕਣਕਾਂ ਨੂੰ ਜ਼ਿਆਦਾ ਨੁਕਸਾਨ ਹੋਊਗਾ ਤੇ ਬਾਕੀ ਪੰਜਾਬ ਸਰਕਾਰ ਨੇ ਜਿਹੜਾ ਕੋਜ ਜਿਹੜੀਆਂ ਸਹਾਇਤਾ ਦੇ ਲਈ ਆਪਣੇ ਐਲਾਨ ਕੀਤੇ ਆ ਕਿ ਜਿੱਥੇ ਜ਼ਿਆਦੀਆਂ ਕਣਕਾਂ ਦਾ ਨੁਕਸਾਨ ਹੋਇਆ ਵਾ ਤੇ ਉਥੇ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਗਰਦੌਰੀਆਂ ਕਰਨ ਦਾ ਜਿਹੜਾ ਹੁਕਮ ਜਿਹੜਾ ਉਹ ਜਾਰੀ ਕੀਤਾ ਕਿ ਜਿੱਥੇ-ਜਿੱਥੇ ਜਿਹੜਾ ਕਣਕਾਂ ਦਾ ਜ਼ਿਆਦਾ ਨੁਕਸਾਨ ਹੋਇਆ ਵਾ ਉਥੇ ਗਰਦੌਰੀਆਂ ਕਰਕੇ ਤੇ ਜਿੰਨਾ ਉਹਨਾਂ ਦਾ ਬਾਂਦ ਦਾ ਮੁਆਵਜ਼ਾ ਜਿਹੜਾ ਵਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਇਹੋ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣੀ ਸੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੋ ਵੇਖਣ ਲਈ ਧੰਨਵਾਦ ਜੀ